movie. ਬਾਬਾ ਜੀ ਘਰ ਦਾ ਪਤਾ ਪੁੱਛਣਾ ਹੈ। ਹਾਂ ਹਾਂ ਪੁੱਛੋ ਬੁੱਤ, ਕਿਹਦਾ ਘਰ ਹੈ? ਬਾਬਾ ਜੀ ਕੁੜੀ ਆ ਜੀ ਬੜੀ ਸੋਹਣੀ, ਉਹਦੀਆਂ ਹਿਰਨੀ ਵਰਗੀਆਂ ਅੱਖਾਂ, ਗੁਲਾਬ ਦੀਆਂ ਪੱਤੀਆਂ ਵਰਗੇ ਬੋਲੋ ਤੇ। ਜਿਹੜਾ ਦਰਵਾਜ਼ਾ ਪਹਿਲਾਂ ਖੁੱਲਾ ਹੋਵੇ ਉਸ 'ਚ ਵੜ ਜਾਣਾ। ਮਤਲਬ ਉਹ ਘਰੋਂ ਨਾ ਦਈ ਪਛਿਤਰੀ ਖਾਣੇ ਐਸ ਘਰੋਂ ਨਾ ਸੀ, ਉਸ ਘਰੋਂ ਸਹੀ। ਹੱਡੀ ਵਾਲੇ ਹਾਂਦੇ ਮੋੜੇ ਚੰਨਨ ਨਿੱਤ ਪਰ ਬੋਝ ਵੇ, ਜੈਗਵਾਰ ਵਾਲੇ ਹਾਂਦੇ ਰੋਜ਼ ਰੋਣ ਰੋਜ਼ ਵੇ। ਬਸ ਥੋੜੇ ਦਿਨਾਂ ਤੱਕ ਮੇਰਾ ਵਿਆਹ ਹੈ, ਉਦੋਂ ਹੀ ਮੋੜ ਦੂੰਗਾ ਜੀ ਸਾਰਿਆਂ ਦੇ ਪੈਸੇ। ਹੋਵੇ ਠਾਣੀ ਲਿਜਾ ਕੇ ਤੈਨੂੰ ਪੁੱਠਾ ਟੰਗਣਾ ਪਵੇ। ਪੁੱਠਾ ਨਾ ਟੰਗਿਓ ਜੀ, ਮੈਨੂੰ ਉਲਟੀਆਂ ਲੱਗ ਜਾਂਦੀਆਂ ਨੇ। ਪੁਰਾਣਾ ਪਰਖਿਆ ਤਰੀਕਾ ਰਿਸ਼ਤੇ ਤੋੜਾਉਣ ਦਾ। ਰਿਸ਼ਤਾ ਜੀ ਮੇਰੇ ਨਾਲ ਹੋ ਗਿਆ ਜੀ, ਉਹਨੂੰ ਪਿਆਰ ਕਰਦੀ ਹੈ ਤੇ ਮੈਂ ਜੱਸੀ ਨੂੰ ਪਿਆਰ ਕਰਦਾ ਹਾਂ, ਤੇ ਜੱਸੀ ਦਾ ਰਿਸ਼ਤਾ ਇਹਦੇ ਨਾਲ ਹੋ ਗਿਆ ਜੀ। ਅਕੀ ਬਾਰਾਂ ਵਿਕਰੀ ਜੀ ਬਾਈ ਭੈਣ ਨੂੰ ਭਾਈ ਕੱਢ ਰਿਵਾਲਵਰ ਭਰੀਏ ਚ ਪਿੱਤਰ ਭਾਬੀ ਤੇ ਆਸ਼ਕੀ। ਕੱਲ ਤੂੰ ਮੇਰੇ ਸੁਣਨਾ ਕੰਨ ਖੋਲ ਕੇ, ਤੈਨੂੰ ਮੈਂ ਦੱਸਾਂ ਮੈਨੂੰ ਤਾਲੀ ਗਾਲੀ ਯਾਰ ਭਾਈ ਮੁੱਕਰੀ ਨਾ ਭਾਈ। ਜਿੱਥੇ ਤੁਹਾਡੀ ਕੁੜੀ ਮੰਗੀ ਹੈ ਉਹ ਗਲਤ ਥਾਂ ਹੈ। ਉਹ ਜਿਹੜਾ ਮੁੰਡਾ ਨਾ ਜੀ ਬਹੁਤ ਸਾਰੀ ਕੁੜੀਆਂ ਨੂੰ ਪਿਆਰ ਕਰਦਾ। ਜਿਹੜਾ ਬਾਹਰ ਕੁੜੀਆਂ ਨੂੰ ਇੰਨਾ ਪਿਆਰ ਕਰਦਾ ਹੈ, ਸਾਡੀ ਕੁੜੀ ਨੂੰ ਕਿੱਦਾਂ ਕਰੂ? ਤੇਲ ਮੰਗਵਾਉਣਾ ਸੀ, ਪਕੌੜੇ ਕੱਢਣੇ ਆ। ਅਜੇ ਕੱਲ ਤਾਂ ਲਿਆ ਕੇ ਦਿੱਤਾ ਤੈਨੂੰ ਤੇਲ। ਬਾਈ ਉਹ ਮਿੱਟੀ ਦਾ ਤੇਲ ਸੀ, ਉਹ ਤੂੰ ਮਿੱਟੀ ਦੇ ਚ ਕੱਢ ਦੇ। ਵੱਧ ਤੋਂ ਵੱਧ ਰਿਸ਼ਤੇਦਾਰ ਕਾਲਾ ਤੂੰ ਹੀ ਮਾਰਨਗੇ, ਕਰ ਦੇਣ ਦੇ ਕੰਧਾਂ ਗਾਲੀਆਂ, ਤੂੰ ਚੱਕ ਦੇ ਕੰਮ ਨੂੰ। ਪਿਆਰ ਚ ਵਟਾਈਆਂ ਜਦੋਂ ਜਾਨ ਖੱਲੇ ਮੁੰਦੀਆਂ। ਬਾਈ ਜਿਹੜੀ ਗੱਡੀ ਲੰਘੀ ਨਾ ਉਹ ਲੰਘੀ, ਤੇ ਜਿਹੜੀ ਸਟੇਸ਼ਨ ਤੇ ਖੜੀ ਨਾ ਚੁੱਪ ਕਰਕੇ ਉਹ ਚ ਬਹਿ ਜਾ ਤੇ ਜੱਸੀ ਨੂੰ ਭੁੱਲ ਜਾ। ਕੁਝ ਵੀ ਹੋ ਜਾਵੇ ਵਿਆਹ ਤਾਂ ਮੈਂ ਜੱਸੀ ਨਾਲ ਕਰਾਊਂਗਾ। ਵੈਲਕਮ ਟੂ ਆ ਚੈਨਲ, ਆਈ ਹੋਪ ਕਿ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਐਮੀ ਵਿਰਕ ਪੰਜਾਬੀ ਮੂਵੀ ਛੱਲੇ ਮੁੰਦੀਆਂ ਲੈ ਕੇ ਆ ਰਹੇ ਨੇ, ਜਿਸ ਦਾ ਟ੍ਰੇਲਰ ਸੋਨੀ ਲਿਵ ਨੇ ਰਿਲੀਜ਼ ਕੀਤਾ ਹੈ। ਇਸ ਫਿਲਮ ਵਿੱਚ ਅੱਖਰ ਪੰਜਾਬੀ ਫਿਲਮਾਂ ਦੇ ਸੁਪਰ ਹੀਰੋ ਐਮੀ ਵਿਰਕ ਦੇ ਨਾਲ ਨਜ਼ਰ ਆਉਣਗੇ ਤੇ ਉਹਨਾਂ ਦੇ ਨਾਲ ਕੁਲਵਿੰਦਰ ਬਿੱਲਾ, ਸੋਨੀਆ ਕੌਰ, ਸੁਨੀਲ ਪੁਰੀ ਵੀ ਆਪਣਾ ਕਿਰਦਾਰ ਅਦਾ ਕਰ ਰਹੇ ਨੇ ਤੇ ਇਹ ਫਿਲਮ ਫੈਮਿਲੀ ਕਾਮੇਡੀ ਤੇ ਲਵ ਟ੍ਰਾਈਐਂਗਲ ਹੋਣ ਵਾਲੀ। ਟ੍ਰੇਲਰ ਵਿੱਚ ਸਟੋਰੀ ਲਵ ਤੇ ਵਿਆਹ ਨੂੰ ਲੈ ਕੇ ਚੱਲ ਰਹੀ ਹੈ। ਲੱਗਦਾ ਹੈ ਕਿ ਐਮੀ ਵਿਰਕ ਸਾਡੇ ਵਾਂਗੂੰ ਵਿਆਹ ਨੂੰ ਲੈ ਕੇ ਕਨਫਿਊਜ਼ ਰਹਿੰਦੇ ਨੇ ਤੇ ਕਰਨਜੀਤ ਨੇ ਸੋਹਣੀ ਕੁੜੀ ਵੇਖੀ ਨਹੀਂ ਤੇ ਝਟਪਟ ਵਿਆਹ ਲਈ ਰਾਜ਼ੀ ਤੇ ਕੁਲਵਿੰਦਰ ਬਿੱਲਾ ਚੁੱਪ ਚੁਪੀਤੇ ਕੁੜੀ ਫਸਾ ਲਈ, ਫਿਰ ਉਲਝਣਾਂ ਵਿੱਚ ਆਪ ਵੀ ਫਸੇ ਤੇ ਤਾਂ ਦੇ ਨਾਲ ਬਾਕੀਆਂ ਨੂੰ ਵੀ ਫਸਾਇਆ। ਫਿਲਮ ਦੇ ਵਿੱਚ ਬਹੁਤ ਸਾਰੇ ਸ਼ਾਰਟਸ ਦੇ ਵਿੱਚ ਟਵਿਸਟ ਤੇ ਸਸਪੈਂਸ ਹੈ। ਟ੍ਰੇਲਰ ਦੇ ਵਿੱਚ ਜਿੱਥੇ ਹਾਸਿਆਂ ਦੇ ਨਾਲ ਭਰਪੂਰ ਕਾਮੇਡੀ ਹੈ, ਉੱਥੇ ਰਵਾਉਣ ਲਈ ਇਮੋਸ਼ਨ ਵੀ ਹੈ। ਜਿੱਥੇ ਮੂਵੀ ਨੂੰ ਰਿਲੀਜ਼ ਕਰਨ ਲਈ 4 ਸਾਲ ਦਾ ਇੰਤਜ਼ਾਰ ਕੀਤਾ, ਬਟ ਮੂਵੀ ਸਿਨੇਮਾ ਦੇ ਵਿੱਚ ਰਿਲੀਜ਼ ਹੁੰਦੀ ਤਾਂ ਮਜ਼ਾ ਹੋਰ ਕੁਛ ਹੋਰ ਹੁੰਦਾ। ਬਹੁਤ ਸਾਰੀ ਮੂਵੀਜ਼ ਸੇਮ ਡੇਟ ਵਿੱਚ ਰਿਲੀਜ਼ ਹੋ ਰਹੀਆਂ ਨੇ ਤੇ ਬਾਕਸ ਆਫਿਸ ਦੇ ਹਿੱਟ ਜਾਂ ਫਲਾਪ ਹੋਣ ਦੇ ਖਦਸ਼ੇ ਦੇ ਵਿੱਚ ਇਹਨੂੰ ਡਾਇਰੈਕਟ OTT ਤੇ ਰਿਲੀਜ਼ ਕਰ ਰਹੇ ਨੇ। ਛੱਲੇ ਮੁੰਦੀਆਂ ਮੂਵੀ 23 ਸਤੰਬਰ ਨੂੰ ਸੋਨੀ ਲਿਵ ਤੇ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਫੈਮਿਲੀ ਕਾਮੇਡੀ ਤੇ ਲਵ ਟ੍ਰਾਈਐਂਗਲ ਹੋਣ ਵਾਲੀ ਹੈ। ਟ੍ਰੇਲਰ ਨੂੰ ਵੇਖ ਕੇ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਕਿ ਤੁਸੀਂ ਕਿੰਨੇ ਐਕਸਾਈਟਿਡ ਹੋ ਐਮੀ ਵਿਰਕ, ਕੁਲਵਿੰਦਰ ਬਿੱਲਾ ਤੇ ਮੈਂਡੀ ਨੂੰ ਇਕੱਠੇ ਵੇਖਣ ਲਈ। ਵੀਡੀਓ ਪਸੰਦ ਆਵੇ ਤੇ ਪਲੀਜ਼ ਲਾਈਕ ਤੇ ਸ਼ੇਅਰ ਕਰਿਓ ਔਰ ਇਸੇ ਤਰ੍ਹਾਂ ਦੀ ਲੇਟੈਸਟ ਅਪਡੇਟ ਦੇ ਬਾਰੇ ਜਾਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ।